अरे आज जो जो ट्रेनिंग सेशन हो रहा है, तो लग रहा है कि रिक्वायर्ड है ना कि अच्छा रहेगा ट्रेनिंग सेशन जिदाई कल। देखो जो भी काम होता है चंगे नहीं होता, ਜਿਹੜਾ ਵੀ ਕੰਮ ਹੋ ਰਿਹਾ ਉਹ ਵੀ ਬਹੁਤ ਚੰਗੇ ਲਈ ਹੋ ਰਿਹਾ, ਪੰਜਾਬ ਦੀ ਬਿਹਤਰੀ ਲਈ ਜੋ ਹੋਗਾ ਉਹ ਜ਼ਰੂਰ ਕਰਨਾ ਚਾਹੀਦਾ। ਦੋ ਸੈਸ਼ਨ ਪਹਿਲਾਂ ਵੇਚ ਚੁੱਕੇ ਆ ਤਾਂ ਲੱਗਦਾ ਨਾ ਥੋੜਾ ਲੇਟ ਹੋ ਗਏ ਇੱਥੇ ਪਹਿਲੇ ਸੈਸ਼ਨ ਤੇ। ਜਿਹੜਾ ਕੰਮ ਜਦੋਂ ਹੋ ਜੇ ਉਦੋਂ ਹੀ ਠੀਕ ਹੈ ਉਹਦਾ ਟਾਈਮ, ਸੋ ਇਹਨਾਂ ਨਾ ਕਰੋ ਜੇ ਚੰਗਾ ਲੱਗਦਾ। ਸੋ ਇਹ ਟ੍ਰੇਨਿੰਗ ਸੈਸ਼ਨ ਹੈ, ਸੋ ਬਹੁਤ ਵਧੀਆ ਗੱਲ ਹੈ, ਪੰਜਾਬ ਦੀ ਬਿਹਤਰੀ ਜੋ ਬੈਸਟ ਕੰਮ ਹੋਣੇ ਚਾਹੀਦੇ ਉਹ ਪੰਜਾਬ ਸਰਕਾਰ ਕਰੇ। ਗਵਰਨਰ ਸਾਹਿਬ ਤੇ ਸਰਕਾਰ ਨੇ ਨਾਲੇ ਰੇਟ ਕਾ ਵੇਖਣ ਨੂੰ ਮਿਲਦਾ, ਇੰਟਰਫੇਅਰ ਕਰ ਰਹੇ ਲਗਾਤਾਰ। ਪੰਜਾਬ ਸਰਕਾਰ ਜਿੰਨਾ ਕੰਮ ਇੱਕ ਸਾਲ ਚ ਹੋਇਆ ਕਦੇ ਪਿਛਲੇ 70 ਸਾਲਾਂ ਚ ਨਹੀਂ ਹੋਇਆ, ਸੋ ਉਹਨੂੰ ਰੋਕਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਉਹ ਨਾਕਾਮ ਹੋ ਜਾਣਗੀਆਂ। ਸੋ ਇਸ ਕਰਕੇ ਗਵਰਨਰ ਸਾਹਿਬ ਆਦਾ ਆਊਟ ਆਫ ਦਾ ਵੇ ਜਾ ਕੇ ਇਹ ਕੰਮ ਹੋ ਰਿਹਾ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਪ੍ਰੋਟੋਕਾਲ ਬਣਦਾ ਨੀਗਾ। ਗਵਰਨਰ ਉਹਨਾਂ ਦੇ ਆ, ਗਵਰਨਰ ਜੇ ਕੁਛ ਕਰਨਾ ਹੀ ਹੈ ਪੰਜਾਬ ਲਈ ਉਹਨਾਂ ਨੂੰ ਇੰਨਾ ਹੀ ਪੀੜਾ ਹੈ, ਸੋ ਬਾਰਡਰ ਸਟੇਟ ਲਈ ਸੈਂਟਰ ਤੋਂ ਜੋ ਮਰਜ਼ੀ ਲੈ ਕੇ ਅਸੀਂ ਕਿਹੜਾ ਰੋਕ। 50 ਕਿਲੋਮੀਟਰ ਦਾ ਦਾਇਰਾ ਵੈਸੇ ਵੀ ਬੀਐਸਐਫ ਕੋਲੇ ਆ, ਤੁਹਾਨੂੰ ਲੱਗਦਾ ਨਹੀਂ ਕਿ ਬੀਐਸਐਫ ਦੀ ਵੀ ਕਿਸੇ ਜਵਾਬਦਾਰੀ ਜਾਂ ਜਵਾਬਦਾਰੀ ਪੂਰੀ ਹੈ? ਡਰੋਨ ਆਉਂਦੇ ਬੀਐਸਐਫ ਕੀ ਕਰਦੀ? ਉਹਦੇ ਲਈ ਅਸੀਂ ਤਾਂ ਕਿਹਾ ਸੀ ਕੁਝ ਸਪੈਸ਼ਲ ਬਜਟ ਹੋਣਾ ਚਾਹੀਦਾ, ਨਾਟ ਇਵਨ ਪੰਜਾਬ ਲਈ, ਰਾਜਸਥਾਨ ਲਈ ਵੀ ਹੋਣਾ ਚਾਹੀਦਾ ਹੈ, ਜੰਮੂ ਕਸ਼ਮੀਰ ਲਈ ਵੀ ਹੋਣਾ ਚਾਹੀਦਾ, ਜਿਹੜੀ ਜਿਹੜੀ ਬਾਰਡਰ ਸਟੇਟ ਹੈ, ਕਿਉਂਕਿ ਲਾਅ ਸਾਰਿਆਂ ਲਈ ਬਰਾਬਰ ਹੈ ਤਾਂ ਪਬਲਿਕ ਦੀ ਸੇਫਟੀ ਵੀ ਸਾਰਿਆਂ ਲਈ ਬਰਾਬਰ ਹੈ। ਸੋ ਮੇਰੀ ਇਹ ਬੇਨਤੀ ਹੈ, ਗਵਰਨਰ ਸਾਹਿਬ ਨੇ ਜੋ ਇਹ ਲੈਟਰ ਕੱਢੀ ਇਹ ਨਹੀਂ ਬਣਦੀ, ਸੋ ਮੁੱਖ ਮੰਤਰੀ ਸਾਹਿਬ ਨੇ ਉਹਦਾ ਬਹੁਤ ਚੰਗਾ ਜਵਾਬ ਦਿੱਤਾ, ਸ਼ਾਇਦ ਗਾਂ ਤੋਂ ਟਿਕ ਜਾਣ ਚੰਗੀ ਹੈ। ਸਰ ਜੋ ਟ੍ਰੇਨਿੰਗ ਸੈਸ਼ਨ ਹੈ ਇਹ ਕਿਤਨੇ ਦਿਨੋਂ ਕਾ ਰਹੇਗਾ ਔਰ ਕਿਆ ਜਾਣਕਾਰੀ ਦੀ ਗਈ ਹੈ ਕਿ ਕੌਣ ਕੌਣ ਆਪਕੋ ਯਹਾਂ ਪਰ ਟ੍ਰੇਨਿੰਗ ਦੇਗੇ? ਇਹ 14 ਔਰ 15 ਦੋ ਦਿਨ ਟ੍ਰੇਨਿੰਗ ਸੈਸ਼ਨ ਹੈ, ਬਾਕੀ ਬੜੀ ਜਲਦੀ ਤੁਹਾਨੂੰ ਪਤਾ ਲੱਗ ਜਾਏਗਾ ਕੀ ਹੋਣ ਚਾਹੀਦਾ। ਠੀਕ ਹੈ। ਹਾਂਜੀ ਅੱਜ ਜੋ ਟ੍ਰੇਨਿੰਗ ਸੈਸ਼ਨ ਹੋਣ ਜਾ ਰਿਹਾ ਹੈ, ਲੱਗ ਰਿਹਾ ਕਿ ਰਿਕੁਆਇਰਡ ਹੈਗਾ ਕਿ ਅੱਛਾ ਰਹੇਗਾ ਟ੍ਰੇਨਿੰਗ ਸੈਸ਼ਨ ਜਿਦਾਈ ਕੱਲ? ਦੇਖੋ ਜੋ ਵੀ ਕੰਮ ਹੁੰਦਾ ਉਹ ਚੰਗੇ ਲਈ ਹੁੰਦਾ, ਜਿਹੜਾ ਵੀ ਕੰਮ ਹੋ ਰਿਹਾ ਉਹ ਵੀ ਬਹੁਤ ਚੰਗੇ ਲਈ ਹੋ ਰਿਹਾ, ਪੰਜਾਬ ਦੀ ਬਿਹਤਰੀ ਲਈ ਜੋ ਹੋਊਗਾ ਉਹ ਜ਼ਰੂਰ ਕਰਨਾ ਚਾਹੀਦਾ। ਦੋ ਸੈਸ਼ਨ ਪਹਿਲਾਂ ਵੇਚ ਚੁੱਕੇ ਆ ਤਾਂ ਲੱਗਦਾ ਨਾ ਥੋੜਾ ਲੇਟ ਹੋ ਗਏ ਇੱਥੇ ਪਹਿਲੇ ਸੈਸ਼ਨ ਤੇ। ਜਿਹੜਾ ਕੰਮ ਜਦੋਂ ਹੋ ਜੇ ਉਦੋਂ ਹੀ ਠੀਕ ਹੈ ਉਹਦਾ ਟਾਈਮ, ਸੋ ਇਹਨਾਂ ਨਾ ਕਰੋ ਜੇ ਚੰਗਾ ਲੱਗਦਾ। ਸੋ ਇਹ ਟ੍ਰੇਨਿੰਗ ਸੈਸ਼ਨ ਹੈ, ਸੋ ਬਹੁਤ ਵਧੀਆ ਗੱਲ ਹੈ, ਪੰਜਾਬ ਦੀ ਬਿਹਤਰੀ ਜੋ ਬੈਸਟ ਕੰਮ ਹੋਣੇ ਚਾਹੀਦੇ ਉਹ ਪੰਜਾਬ ਸਰਕਾਰ ਕਰੇ। ਗਵਰਨਰ ਸਾਹਿਬ ਤੇ ਸਰਕਾਰ ਨੇ ਨਾਲੇ ਰੇਟ ਕਾ ਵੇਖਣ ਨੂੰ ਮਿਲਦਾ, ਇੰਟਰਫੇਅਰ ਕਰ ਰਹੇ ਲਗਾਤਾਰ। ਵੇਖੋ ਇਹੋ ਜਿਹੇ ਪੰਜਾਬ ਦੇ ਮੁੱਖ ਮੰਤਰੀ ਹੈ, ਨਾ ਡਰਨਗੇ ਨਾ ਡਰਨ ਵਾਲੇ ਹੈ, ਜਿਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਇੱਥੇ ਬਿਠਾਇਆ। ਸੋ ਇਹ ਸਮਝਦਾ ਮੇਰੇ ਮੂੰਹ ਸੁਣ ਛੋਟੀ ਗੱਲ ਹੈ ਵੀ ਪੰਜਾਬ ਸਰਕਾਰ ਜਿੰਨਾ ਕੰਮ ਇਹ ਇੱਕ ਸਾਲ 'ਚ ਹੋਇਆ ਕਦੇ ਪਿਛਲੇ 70 ਸਾਲਾਂ 'ਚ ਨਹੀਂ ਹੋਇਆ, ਸੋ ਉਹਨੂੰ ਰੋਕਣ ਦੀਆਂ ਜਿੰਨੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਉਹ ਨਾਕਾਮ ਹੋ ਜਾਣਗੀਆਂ। ਸੋ ਇਸ ਕਰਕੇ ਗਵਰਨਰ ਸਾਹਿਬ ਆਦਾ ਆਊਟ ਆਫ ਦਾ ਵੇ ਜਾ ਕੇ ਇਹ ਕੰਮ ਹੋ ਰਿਹਾ ਨਹੀਂ ਹੋਣਾ ਚਾਹੀਦਾ, ਉਹਨਾਂ ਦਾ ਪ੍ਰੋਟੋਕਾਲ ਬਣਦਾ ਨੀਗਾ। ਗਵਰਨਰ ਉਹਨਾਂ ਦੇ ਆ, ਗਵਰਨਰ ਜੇ ਕੁਛ ਕਰਨਾ ਹੀ ਹੈ ਪੰਜਾਬ ਲਈ ਉਹਨਾਂ ਨੂੰ ਇੰਨਾ ਹੀ ਪੀੜਾ ਹੈ, ਸੋ ਬਾਰਡਰ ਸਟੇਟ ਲਈ ਸੈਂਟਰ ਤੋਂ ਜੋ ਮਰਜ਼ੀ ਲੈ ਕੇ ਅਸੀਂ ਕਿਹੜਾ ਰੋਕ। 50 ਕਿਲੋਮੀਟਰ ਦਾ ਦਾਇਰਾ ਵੈਸੇ ਵੀ ਬੀਐਸਐਫ ਕੋਲੇ ਆ, ਤੁਹਾਨੂੰ ਲੱਗਦਾ ਨਹੀਂ ਕਿ ਬੀਐਸਐਫ ਦੀ ਵੀ ਕਿਸੇ ਜਵਾਬਦਾਰੀ ਜਾਂ ਜਵਾਬਦਾਰੀ ਪੂਰੀ ਹੈ? ਡਰੋਨ ਆਉਂਦੇ ਬੀਐਸਐਫ ਕੀ ਕਰਦੀ? ਉਹਦੇ ਲਈ ਅਸੀਂ ਤਾਂ ਕਿਹਾ ਸੀ ਕੁਝ ਸਪੈਸ਼ਲ ਬਜਟ ਹੋਣਾ ਚਾਹੀਦਾ, ਨਾਟ ਇਵਨ ਪੰਜਾਬ ਲਈ, ਰਾਜਸਥਾਨ ਲਈ ਵੀ ਹੋਣਾ ਚਾਹੀਦਾ ਹੈ, ਜੰਮੂ ਕਸ਼ਮੀਰ ਲਈ ਵੀ ਹੋਣਾ ਚਾਹੀਦਾ, ਜਿਹੜੀ ਜਿਹੜੀ ਬਾਰਡਰ ਸਟੇਟ ਹੈ, ਕਿਉਂਕਿ ਲਾਅ ਸਾਰਿਆਂ ਲਈ ਬਰਾਬਰ ਹੈ ਤਾਂ ਪਬਲਿਕ ਦੀ ਸੇਫਟੀ ਵੀ ਸਾਰਿਆਂ ਲਈ ਬਰਾਬਰ ਹੈ। ਸੋ ਮੇਰੀ ਇਹ ਬੇਨਤੀ ਹੈ, ਗਵਰਨਰ ਸਾਹਿਬ ਨੇ ਜੋ ਇਹ ਲੈਟਰ ਕੱਢੀ ਇਹ ਨਹੀਂ ਬਣਦੀ, ਸੋ ਮੁੱਖ ਮੰਤਰੀ ਸਾਹਿਬ ਨੇ ਉਹਦਾ ਬਹੁਤ ਚੰਗਾ ਜਵਾਬ ਦਿੱਤਾ, ਸ਼ਾਇਦ ਗਾਂ ਤੋਂ ਟਿਕ ਜਾਣ ਚੰਗੀ ਹੈ। ਸਰ ਜੋ ਟ੍ਰੇਨਿੰਗ ਸੈਸ਼ਨ ਹੈ ਇਹ ਕਿਤਨੇ ਦਿਨੋਂ ਕਾ ਰਹੇਗਾ ਔਰ ਕਿਆ ਜਾਣਕਾਰੀ ਦੀ ਗਈ ਹੈ ਕਿ ਕੌਣ ਕੌਣ ਆਪਕੋ ਯਹਾਂ ਪਰ ਟ੍ਰੇਨਿੰਗ ਦੇਗੇ? ਇਹ 14 ਔਰ 15 ਦੋ ਦਿਨ ਟ੍ਰੇਨਿੰਗ ਸੈਸ਼ਨ ਹੈ, ਬਾਕੀ ਬੜੀ ਜਲਦੀ ਤੁਹਾਨੂੰ ਪਤਾ ਲੱਗ ਜਾਏਗਾ ਕੀ ਹੋਣ ਚਾਹੀਦਾ। ਠੀਕ ਹੈ ਬਾਬਾ ਸੁਲਤਾਨ ਜੀ, ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ ਵਿੱਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ, ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਉੱਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ ਵਿੱਚ 101% ਗਾਰੰਟੀ ਨਾਲ ਸਮਾਧਾਨ, ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ, ਕਾਰੋਬਾਰ ਵਿੱਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਵਿੱਚ ਅਣਬਣ,
जादू टूना मनमोहनी वशीकरण करवाना या तुड़वाना सौतन दुश्मन तो छुटकारा सदा ले रुसे नु मनाउणा प्यार मुहब्बत बाबा सुल्तान जी 87913 81830।